ਉਹਨਾਂ ਦੀ ਗਰੀਬ ਮਾਰੂ ਨੀਤੀਆਂ ਜੋ ਪੱਖੀਓ ਦੇਖਣ ਨੂੰ ਮਿਲ ਰਹੀਆਂ ਨੇ ਕਿਸਾਨ ਦੇ ਨਾਲ ਜਿਸ ਤਰ੍ਹਾਂ ਉਹਨਾਂ ਦਾ ਫਸਲ ਦਾ ਖਰਾਬਾ ਹੋਇਆ ਜੇ ਸੂਬੇ ਦੀ ਸਰਕਾਰ ਨੇ ਕੱਲੇ ਇਸ਼ਤਿਹਾਰਬਾਜ਼ੀ ਕੀਤੀ ਹੈ ਤੇ ਮੁਆਵਜ਼ੇ ਦੀ ਗੱਲ ਕੀਤੀ ਹੈ ਹੱਥ 'ਚ ਕਿਸੇ ਨੂੰ ਪੈਸੇ ਨਹੀਂ ਮਿਲੇ ਉਸੇ ਤਰ੍ਹਾਂ ਕੇਂਦਰ ਦੀ ਸਰਕਾਰ ਨੇ ਵੀ ਕੱਟ ਲਾ ਕੇ ਜਿਹੜੇ ਫਸਲਾਂ ਦੇ ਮੁੱਲ ਹੁੰਦੇ ਨੇ ਇਹ ਨਹੀਂ ਕਿ ਇਸ ਔਖੇ ਸਮੇਂ 'ਚ ਇਹਨਾਂ ਦੀ ਫਸਲ ਲੈ ਲਈਏ ਪਰ ਉਹਦੇ ਉੱਤੇ ਕੱਟ ਲਾ ਕੇ ਉਹਨਾਂ ਨੇ ਵੀ ਆਪਣਾ ਕਿਸਾਨ ਵਿਰੋਧੀ ਇਹਨਾਂ ਨੇ ਚਿਹਰਾ ਦਿਖਾਇਆ ਦੂਜੀ ਪਾਸੇ ਮਜ਼ਦੂਰਾਂ ਦੇ ਨਾਲ ਇੰਨਾ ਵੱਡਾ ਧੱਕਾ ਹੋ ਰਿਹਾ ਹੈ ਭਾਵੇਂ ਮੈਨੂੰ ਭਿੱਖੀ ਦੇ ਪੱਲੇਦਾਰ ਯੂਨੀਅਨ ਮਿਲੀ ਹੈ ਭਾਵੇਂ ਦੋ ਦਿਨ ਪਹਿਲੇ ਸਰਦੂਲਗੜ੍ਹ ਦੀ ਪੱਲੇਦਾਰ ਯੂਨੀਅਨ ਮਿਲੀ ਹੈ ਇਹ ਜਿੰਨੇ ਵੀ ਮਜ਼ਦੂਰ ਸਕੇ ਜਿਹਨਾਂ ਦੀ ਸਾਰੀ ਕਮਾਈ ਨਹੀਂ ਆਉਂਦੀ ਸੀਗੀ ਆਪਣੀ ਮਜ਼ਦੂਰੀ ਕਰਕੇ ਹੁਣ ਡਾਇਰੈਕਟ ਲਿਫਟਿੰਗ ਕਰਕੇ ਰੇਕਸ ਤੇ ਰੇਲਵੇ ਸਟੇਸ਼ਨ 'ਚ ਜਾ ਕੇ ਮੇਰਾ 'ਚ ਲੋਡ ਕਰਕੇ ਇਹਨਾਂ ਨੂੰ ਪਾਸੇ ਕਰ ਦਿੱਤਾ ਗਿਆ ਹੈ ਤੇ ਲੱਖਾਂ ਦੀ ਗਿਣਤੀ ਵਿੱਚ ਪਰਿਵਾਰ ਬੇਰੁਜ਼ਗਾਰ ਹੋ ਗਏ ਨੇ ਤੇ ਇਹਨਾਂ ਦੇ ਬੱਚੇ ਭੁੱਖੇ ਮਰ ਰਹੇ ਨੇ ਮੈਨੂੰ ਅਫਸੋਸ ਇਸ ਗੱਲ ਦਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਲੀ ਜਾ ਕੇ ਭ੍ਰਿਸ਼ਟ ਕੇਜਰੀਵਾਲ ਦੀ ਸਰਕਾਰ ਤੇ ਉਹਦੇ ਹੱਥ 'ਚ ਤਾਂ ਧੱਕਾ ਦੇਣ ਦਾ ਸਮਾਂ ਹੈ ਲੇਕਿਨ ਆਪਣੇ ਮੁੱਖ ਦੇ ਨਾਲ ਮਰਦੇ ਹੋਏ ਜਿਹਨਾਂ ਦੀ ਹੌਸਲ ਰਹਿ ਗਈ ਹੈਗੀ ਇਹਨਾਂ ਦੀ ਨੀਤੀਆਂ ਕਰਕੇ ਉਹਨਾਂ ਦੇ ਹੱਕ ਵਿੱਚ ਜਾ ਕੇ ਕਿਉਂ ਕੇਂਦਰ ਦੀ ਸਰਕਾਰ ਨਾਲ ਗੱਲ ਨਹੀਂ ਕਰਦੇ ਤੇ ਇੱਥੇ ਆ ਕੇ ਉਹਨਾਂ ਦੀ ਤਕਲੀਫ ਕਿਉਂ ਨਹੀਂ ਪੁੱਛਦੇ ਅੱਜ ਆਮ ਆਦਮੀ ਇੰਨਾ ਖਾਸ ਆਦਮੀ ਕਿਉਂ ਬਣ ਗਿਆ ਕਿ ਗਰੀਬ ਮਜ਼ਦੂਰ ਦੀ ਮਾਂ ਫੜਨ ਤੋਂ ਵੀ ਮੂੰਹ ਤੋੜ ਰਹੇ ਭਾਈ ਇੱਕ ਵਾਰ ਦਾ ਪੰਜਾਬ 'ਚ ਤਾਂ ਵਿਜੀਲੈਂਸ ਨੇਤਾਵਾਂ ਨੂੰ ਬੁਲਾਈ ਜਾਂਦੀ ਹੈ ਜੇ ਕੇਜਰੀਵਾਲ ਨੂੰ ਸੀਬੀਆਈ ਬੁਲਾ ਲੈਂਦੀ ਹੈ ਤਾਂ ਵੈਂਡੇਟਾ ਪੋਲਿਟਿਕਸ ਹੈ ਅਗਰ ਪੰਜਾਬ 'ਚ ਬੁਲਾਉਂਦੇ ਤਾਂ ਭ੍ਰਿਸ਼ਟਾਚਾਰੀ ਹੈ ਕਿੰਨੇ ਦੇਖਦੇ ਦੋਰੇ ਮਾਪਦੰਡ ਨੇ ਦੋਗਲੀ ਰਾਜਨੀਤੀ ਆਮ ਆਦਮੀ ਪਾਰਟੀ ਬੋਲਦੀ ਕੁਛ ਹੈ ਇਹਦੇ ਹਾਥੀ ਦੇ ਦੰਦ ਤੇ ਖਾਣ ਦੇ ਹੋਰ ਤੇ ਖਾਣ ਦੇ ਹੋਰ ਉੱਥੇ ਜਿਹੜੇ ਕਹਿੰਦੇ ਸੀਗੇ ਕਿ ਸਾਡਾ ਮਾਡਲ ਹੈਗਾ ਸਾਡੀ ਸਿੱਖਿਆ ਦਾ ਸਾਡਾ ਸਿਹਤ ਦਾ ਸਾਲ ਭਰ ਹੋ ਗਿਆ ਦੱਸਦੇ ਪੰਜਾਬ ਦੀ ਸਿੱਖਿਆ ਤੇ ਕੀ ਸਿਹਤ ਤੇ ਦਿੱਲੀ ਦਾ ਸਿੱਖਿਆ ਤੇ ਸਿਹਤ ਮਾਡਲ ਇਸ ਤੋਂ ਹੀ ਪਤਾ ਲੱਗ ਜਾਏ ਕਿ ਸਿੱਖਿਆ ਮੰਤਰੀ ਜੇਲ੍ਹ 'ਚ ਬੰਦ ਹੈ ਤੇ ਸਿਹਤ ਮੰਤਰੀ ਇੱਕ ਸਾਲ ਤੋਂ ਬੰਦ ਹੈ ਤੇ ਇੰਨਾ ਵੱਡਾ ਘਪਲਾ ਸ਼ਰਾਬ ਦੇ ਘੁਟਾਲੇ ਵਿੱਚ ਜਿਹੜਾ ਸਿਹਤ ਪਾਲਿਸੀ ਪੰਜਾਬ 'ਚ ਵੀ ਲਾਗੂ ਹੈ ਪਤਾ ਨਹੀਂ ਕੇਂਦਰ ਦੀ ਸਰਕਾਰ ਪੰਜਾਬ ਸਰਕਾਰ ਨੂੰ ਹੱਥ ਕਿਉਂ ਨਹੀਂ ਪਾ ਰਹੀ ਹੈ ਭਗਵੰਤ ਮਾਨ ਦੀ ਕੀ ਕਿਟਮਿਟ ਹੋ ਗਈ ਹੈ ਕੇਂਦਰ ਦੇ ਨਾਲ ਲੇਕਿਨ ਉਸ ਸ਼ਰਾਬ ਦੇ ਘੁਟਾਲੇ 'ਚ ਜਦ ਕੇਜਰੀਵਾਲ ਨੂੰ ਬੁਲਾਇਆ ਜਾ ਰਿਹਾ ਹੈ ਤਾਂ ਉਹ ਤਾਂ ਕਹਿ ਰਹੇ ਨੇ ਕਿ ਇਹ ਵੈਂਡੇਟਾ ਪੋਲਿਟਿਕਸ ਹੋ ਰਹੀ ਹੈ ਸਾਡੇ ਨਾਲ ਧੱਕਾ ਕੀਤਾ ਜਾ ਰਿਹਾ ਹੈ ਲੇਕਿਨ ਇੱਥੇ ਜਦ ਬੁਲਾਉਂਦੇ ਨੇ ਜਦ ਪਰਚੇ ਵਿਰੋਧੀਆਂ ਦੇ ਉੱਤੇ ਕਰਦੇ ਬਿਨਾਂ ਕਿਸੇ ਸਬੂਤ ਦੇ ਉਹ ਵਾਸਤੇ ਮਾਪਦੰਡ ਦੋਹਰੇ ਨਹੀਂ ਹੋ ਸਕਦੇ ਜੇ ਤੁਸੀਂ ਬੁਲਾਏ ਜਾ ਸਕਦੇ ਹੋ ਤੁਸੀਂ ਬੁਲਾ ਸਕਦੇ ਹੋ ਤਾਂ ਤੁਹਾਡੇ ਵੀ ਬੁਲਾਏ ਜਾਣਗੇ ਸੋ ਇਹਦੇ ਨਾਲ ਇਹਨਾਂ ਦਾ ਦੋਹਰਾ ਚਿਹਰਾ ਇਹਨਾਂ ਨੇ ਚੋਣਾਂ ਵੀ ਝੂਠ ਮਾਰ ਕੇ ਜਿੱਤੀਆਂ ਨੇ ਸਰਕਾਰ 'ਚ ਸੱਤਾ ਵਿੱਚ ਵੀ ਝੂਠ ਮਾਰ ਕੇ ਬੈਠੇ ਹੋਏ ਨੇ ਅੱਜ ਪੰਜਾਬ ਬਿਲਕੁਲ ਨਾਲ ਵਾਰੇ ਸੇਗਾ ਭਾਵੇਂ ਕਿਸਾਨ ਭਾਵੇਂ ਮਜ਼ਦੂਰ ਭਾਵੇਂ ਨੌਜਵਾਨ ਭਾਵੇਂ ਇੰਡਸਟਰੀ ਹਰ ਪੱਖੋਂ ਕੋਈ ਸੁਣਵਾਈ ਨਹੀਂ ਹੈਗੀ ਤੇ ਪੰਜਾਬ ਦਾ ਬੁਰਾ ਹਾਲ ਹਾਲੇ ਤੱਕ ਮੁਆਵਜ਼ਾ ਨਹੀਂ ਮਿਲਿਆ ਜੀ ਨਾ ਨਰਮੇ ਦਾ ਮਿਲਿਆ ਜੀ ਤੇ ਨਾ ਹੁਣ ਕਣਕ ਦਾ ਮਿਲਿਆ ਕਿਸਾਨ ਸਰਕਾਰ ਮੁਆਵਜ਼ਾ ਦਾ ਨਾ ਕਣਕ ਦਾ ਜਿਹੜਾ ਕਹਿ ਗਏ ਸੀ ਵੱਡੀਆਂ ਵੱਡੀਆਂ ਗੱਲਾਂ ਚੋਣਾਂ ਦੇ ਵੇਲੇ ਕਹਿੰਦੇ ਸੀ 50,000 ਰੁਪਏ ਕਿੱਲੇ ਜਿਵੇਂ ਦਿੱਲੀ 'ਚ ਮਿਲਦਾ ਹੈ ਬਿਨਾਂ ਕਟੋਰੀਆਂ ਦਾ 20,000 ਮਿਲ ਜੂਗਾ ਮੰਤਰ ਗੋਰੀਆਂ ਹੀ ਨਹੀਂ ਹੋ ਰਹੀਆਂ ਤੇ ਕਹਿੰਦੇ ਗੋਰੀਆਂ ਤੋਂ ਬਾਅਦ ਮਿਲੂਗਾ ਜੇ ਕਿਸੇ ਅਫਸਰ ਨੂੰ ਪੁੱਛੇ ਤੇ ਕਹਿੰਦੇ ਸਾਨੂੰ ਕਿਹਾ ਗਿਆ ਸਿਰਫ ਜਿੱਥੇ ਪਾਣੀ ਖੜਿਆ ਉਹਨਾਂ ਨੂੰ ਹੀ ਦੇਣਾ ਹੈ ਕਦੀ ਤਪਰੀ ਕੋਈ ਕੋਚੇ ਪਾਣੀ ਕਿੱਥੇ ਖੜਿਆ ਹੋਊਗਾ ਹਕੀਕਤ ਹੈ ਕਿ ਵਿਸਾਖੀ ਦੀ ਗੱਲ ਕਰਕੇ ਵਿਸਾਖੀ ਦੀ ਨਾਲ ਨਹੀਂ ਗੋਰੀਆਂ ਵੀ ਨਹੀਂ ਹੋ ਰਹੀਆਂ 50,000 ਤੋਂ ਪਿੱਛੇ ਆ ਗਏ 20 ਤੋਂ 15,000 ਚ ਉਹ ਵੀ ਕਿਸੇ ਦੇ ਹੱਥ 'ਚ ਨਹੀਂ ਆਇਆ ਪਿਛਲੇ ਸਾਲ 'ਚ ਜਿਹੜੇ ਨਰਮੇ ਦਾ ਖਰਾਬਾ ਹੋਇਆ ਸੀ ਉਹ ਵੀ ਕਿਸੇ ਨੂੰ ਨਹੀਂ ਮਿਲਿਆ ਪਿਛਲੇ ਸਾਲ ਜਿਹੜਾ ਕਣਕ ਦਾ ਖਰਾਬਾ ਹੋਇਆ ਸੀ ਉਹ ਅੱਜ ਤਾਈਂ ਨਹੀਂ ਮਿਲਿਆ ਇਹ ਝੂਠੀ ਸਰਕਾਰ ਹੈਗੀ